ਹਾਂਜੀ ਭਾਅ ਜੀ, ਲੈਬ ਆਪਣੀ ਹੈ ਜਿਸ 'ਚ ਗੱਡੀ ਵੱਜੀ ਆ ਕੇ। ਸਰ ਇੱਕ ਤਾਂ ਬਾਹਰ ਬਾਈਕ ਖੜੀ ਸੀਗੀ, ਉਹ ਸਿੱਧੀ ਲੈ ਕੇ ਗੱਡੀ ਜਿੱਦਾਂ ਮਾਰੀ ਆ, ਬਾਈਕ ਬਿਲਕੁਲ ਡੈਮੇਜ ਹੋ ਗਈ ਹੈ, ਮਾਲਾ ਮੋਲਾ ਅਲਮੀਨੀਅਮ ਡੋਰ ਖਰਾਬ। ਹਾਂਜੀ, ਸੱਟ ਚੋਟ ਤੋਂ ਬਚਾਅ ਹੋ ਗਿਆ, ਜੇਕਰ ਥੋੜ੍ਹੀ ਜਿਹੀ ਗੱਡੀ ਹੋਰ ਹੁੰਦੀ ਤਾਂ ਸ਼ਾਇਦ ਅੰਦਰ ਮੁੰਡੇ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ, ਕਿਉਂਕਿ ਬਿਲਕੁਲ ਡੋਰ ਦੇ ਨਾਲ ਹੀ ਬੈਠਾ ਸੀ ਮੁੰਡਾ ਕੁਰਸੀ 'ਤੇ। ਅਤੇ ਮੇਰਾ ਨਾਮ ਵਿਪਨ ਕੁਮਾਰ ਜੀ, ਮੇਰੀ ਲੈਬੋਰਟਰੀ ਅਸਲ ਤੁਹਾਡੇ ਵਿਪਨ ਕਲੀਨਿਕਲ ਲੈਬ। ਪ੍ਰਸ਼ਾਸਨ ਇਹ ਕਰਦੇ ਹਾਂ ਅਤੇ ਮਤਲਬ ਜੋ ਵੀ ਹੈਗਾ, ਮਤਲਬ ਜਿਹਦੀ ਗਲਤੀ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ, ਜਿਹੜਾ ਵੀ ਜੋ ਵੀ ਦੋਨੇ ਗੱਡੀਆਂ ਵਿੱਚੋਂ ਜਿਹਨੇ ਗਲਤੀ ਕੀਤੀ ਹੈ, ਕਿਉਂਕਿ ਸਾਡੇ ਤਾਂ ਮਤਲਬ ਬੇਵਜ੍ਹਾ ਖੜ੍ਹੇ ਖੜ੍ਹੇ ਗੱਡੀ 'ਚ ਨੁਕਸਾਨ ਹੋਇਆ, ਕਿਉਂਕਿ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਬਾਈਕ ਦਾ ਕਾਫੀ ਨੁਕਸਾਨ, 30-35 ਹਜ਼ਾਰ ਤੋਂ ਤਾਂ ਥੱਲੇ ਲੱਗਦਾ ਨਹੀਂ ਨੁਕਸਾਨ, ਕਿਉਂਕਿ ਮੂਹਰੇ ਬਿਲਕੁਲ ਹੀ ਡੈਮੇਜ ਹੈ। ਗੱਡੀ ਵਾਲੇ ਦਾ ਤਾਂ ਗੰਨਾ ਪਿੰਡ ਤੋਂ ਸੀ, ਜਿਹੜਾ ਕਰੇਟਾ ਗੱਡੀ ਕਰੀ ਵੱਜੀ ਆ ਦੁਕਾਨ 'ਤੇ ਜੀ। ਹਾਂ, ਕਰੇਟਾ ਗੱਡੀ ਉਹ ਗੰਨੇ ਪਿੰਡ ਤੋਂ ਦੱਸਦੇ ਆ ਜੀ, ਅਤੇ ਦੂਜੀ ਗੱਡੀ ਜਿਹੜੀ ਆ ਉਹ ਰਾਹੋਂ ਤੋਂ ਕਹਿੰਦੇ ਉਹਨਾਂ ਦਾ ਸੱਟ ਚੋਟ ਲੱਗੀ, ਉਹਨਾਂ ਨੂੰ ਨਵੇਂ ਸ਼ਹਿਰ ਰੈਫਰ ਕਰ ਦਿੱਤਾ, ਅਤੇ ਉਹ ਐਂਬੂਲੈਂਸ ਲੈ ਗਈ ਸੀਗੀ। ਹੁਣ ਦੇਖਦੇ ਉਹਦੀ ਕੀ ਕੰਡੀਸ਼ਨ ਆ ਪਤਾ ਨਹੀਂ, ਅਤੇ ਬਾਕੀ ਪ੍ਰਸ਼ਾਸਨ ਨੂੰ ਕਾਰਵਾਈ ਲਈ ਆਪਣੇ ਉਹ ਲੈ ਕੇ ਦਿੱਤਾ ਆ, ਅਤੇ ਜਿੱਦਾਂ ਉਹ ਕਣਕ ਦੇ ਦੇਖ ਲੈਂਦੇ। ਥੈਂਕ ਯੂ ਤੁਹਾਡੇ। ਹਾਂਜੀ ਸਰ ਜੀ, ਇਸ ਤਰ੍ਹਾਂ ਜੀ, ਬਲਰਾਜ ਆ ਮੁੰਡਾ ਗੰਨੇ ਪਿੰਡ ਤੋਂ, ਕਰੇਟਾ ਗੱਡੀ 'ਤੇ ਆ ਰਿਹਾ ਸੀ, ਗੜ੍ਹ ਸ਼ੰਕਰ ਜਾਣਾ ਸੀ, ਅੱਗੇ ਸੁਖਵਿੰਦਰ ਸਿੰਘ ਰਾਹੋਂ ਤੋਂ ਉਹਨਾਂ ਰਾਜਾ ਸਾਹਿਬ ਜਾਣਾ ਸੀ, ਉਹ ਸਾਲੋਂ ਮੋੜ 'ਤੇ ਖੜ੍ਹੇ ਸੀ। ਗੱਡੀ ਥੋੜ੍ਹੀ ਫਾਸਟ ਸੀ ਕਰੇਟਾ, ਅਤੇ ਉੱਤੋਂ ਕੰਟਰੋਲ ਨਹੀਂ ਹੋਈ, ਗੱਡੀ ਜਿਹੜੀ ਗੱਡੀ ਦੇ ਵਿੱਚ ਵੱਜ ਗਈ, ਗੱਡੀ ਵਿੱਚ ਵੱਜ ਕੇ ਲੈਬੋਰਟਰੀ ਆ ਸਾਈਡ 'ਤੇ ਉਹਦੇ ਵਿੱਚ ਜਾ ਵੱਜੀ, ਅਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਗੱਡੀ ਦਾ ਵੀ। ਦੂਜੀ ਗੱਡੀ ਪਲਟ ਗਈ ਸੀਗੀ, ਉਹ ਵੀ ਪਬਲਿਕ ਨੇ ਸਿੱਧੀ ਕੀਤੀ, ਪਰ ਜਿਹੜਾ ਜਾਨੀ ਕੋਈ ਨੁਕਸਾਨ ਨਹੀਂ ਹੈ, ਬਚਾਈ ਅਜੇ ਤੱਕ। ਬਾਕੀ ਹਾਂਜੀ, ਬਾਈਕ ਵੀ ਜਿਹੜਾ ਬੁਰੀ ਤਰ੍ਹਾਂ ਦਰੜਿਆ ਗਿਆ, ਉਹਨੂੰ ਵੀ ਆਪਾਂ ਜੋ ਬਣਦੀ ਕਾਰਵਾਈ ਉਹਦੇ ਵਿੱਚ ਲਿਆਵਾਂਗੇ, ਇਹਦੀ ਵੀ ਜਿਸ ਤਰ੍ਹਾਂ ਜਿਹੜੀ ਕੋਈ ਕਾਨੂੰਨੀ ਕਾਰਵਾਈ ਬਣਦੀ ਹੋਈ ਆਪਾਂ ਅਮਲ 'ਚ ਲਿਆਵਾਂਗੇ। ਉਹਨਾਂ ਨੂੰ ਫਿਲਹਾਲ ਭੇਜਿਆ ਸੀਗਾ ਜੀ ਆਪਣੇ ਸਿਵਲ ਹਸਪਤਾਲ ਨਵਾਂਸ਼ਹਿਰ, ਪਰ ਉੱਥੋਂ ਰੈਫਰ ਕਰਕੇ ਹੋਪ ਹੋਸਪਿਟਲ ਚਲ ਗਏ ਆ, ਅਤੇ ਇੰਟੀਮੇਸ਼ਨ ਆਉਂਦੀ ਹੈ ਅਤੇ ਜਾ ਕੇ ਉਹਨਾਂ ਦੇ ਬਿਆਨ ਵਗੈਰਾ ਲਿਖ ਦਿੰਦੇ ਕਾਰਵਾਈ ਅਮਲ 'ਚ ਲਿਆਵਾਂਗੇ।